ਦੇਸ਼ ਦੀ ਧਰਤੀ ਤੋਂ ਵਾਪਸ ਮੁੜ ਪੰਜਾਬ ਪਰਤਦੇ ਨੇ ਅਤੇ ਇੱਥੇ ਹੀ ਆਪਣਾ ਕਾਰੋਬਾਰ ਸ਼ੁਰੂ ਕਰਦੇ ਨੇ ਅਤੇ ਕਾਮਯਾਬੀ ਹੁੰਦੇ ਨੇ। ਟਾਇਰਾਂ ਦਾ ਤੁਸੀਂ ਜਿਹੜੇ ਖਰੀਦਦੇ ਹੋ ਇਹ ਕਿੱਥੋਂ ਲੈ ਕੇ ਆਉਂਦੇ ਹੋ ਅਤੇ ਉਸ ਤੋਂ ਬਾਅਦ ਇਹਦਾ ਇੱਥੇ ਲਿਆ ਕੇ ਕੀ ਕਰਦੇ ਹੋ? ਅਤੇ ਵੱਡੇ ਵੱਡੇ ਟਰਾਂਸਪੋਰਟਰ ਹੈਗੇ ਆ ਜਾਂ ਕ੍ਰੈਸ਼ਰ ਇੰਡਸਟਰੀ ਹੈ ਜੋ ਕੋਈ ਫੈਕਟਰੀ ਹੈ ਉਹਨਾਂ ਤੋਂ ਸਾਨੂੰ ਮਿਲ ਜਾਂਦਾ, ਈਜ਼ੀਲੀ ਮਿਲ ਜਾਂਦਾ ਹੈਗਾ। ਉਹਦੀ ਪ੍ਰੋਪਰ ਜਿੱਦਾਂ ਫੈਕਟਰੀ ਦੀ ਰਿਕੁਆਇਰਮੈਂਟ ਹੈ ਉਸੇ ਤਰ੍ਹਾਂ ਕੱਟ ਵੱਢ ਕੇ ਉਹਨਾਂ ਨੂੰ ਸਪਲਾਈ ਦੇ ਦਈਦੀ ਅਸੀਂ ਰੋ ਮਟੀਰੀਅਲ ਦੀ, ਅਤੇ ਅੱਗੇ ਫਿਰ ਐਂਡ ਪ੍ਰੋਡਕਟ 'ਤੇ ਉਹੀ ਬਣਾਉਂਦੇ ਆ। ਇੱਕ ਪਾਸੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਆਪਣਾ ਉਜਵਲ ਭਵਿੱਖ ਬਣਾਉਣ ਵਾਸਤੇ, ਉੱਥੇ ਹੀ ਦੂਜੇ ਪਾਸੇ ਆਪਾਂ ਗੱਲ ਕਰੀਏ ਤਾਂ ਕੁਛ ਨੌਜਵਾਨ ਐਸੇ ਵੀ ਨੇ ਜੋ ਵਿਦੇਸ਼ ਦੀ ਧਰਤੀ ਤੋਂ ਵਾਪਸ ਮੁੜ ਪੰਜਾਬ ਪਰਤਦੇ ਨੇ ਅਤੇ ਇੱਥੇ ਹੀ ਆਪਣਾ ਕਾਰੋਬਾਰ ਸ਼ੁਰੂ ਕਰਦੇ ਨੇ ਅਤੇ ਕਾਮਯਾਬੀ ਹੁੰਦੇ ਨੇ। ਇਸੇ ਦੀ ਇੱਕ ਮਿਸਾਲ ਕਾਇਮ ਕੀਤੀ ਹੈ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਬਿਸ਼ਨਪੁਰਾ ਦੇ ਰਣਜੀਤ ਸਿੰਘ ਨੇ, ਜੋ ਰਣਜੀਤ ਸਿੰਘ ਦੀ ਆਪਾਂ ਗੱਲ ਕਰੀਏ ਤਾਂ ਰਣਜੀਤ ਸਿੰਘ ਪਹਿਲਾਂ ਵਿਦੇਸ਼ 'ਚ ਸੀਗਾ, ਵਿਦੇਸ਼ 'ਚ 5 ਸਾਲ ਲਗਾ ਕੇ ਉਸ ਤੋਂ ਬਾਅਦ ਪੰਜਾਬ ਪਰਤਦਾ ਅਤੇ ਆਪਣਾ ਕਾਰੋਬਾਰ ਖੋਲ੍ਹਦਾ। ਅਤੇ ਸਾਡੇ ਨਾਲ ਇਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਰਣਜੀਤ ਸਿੰਘ ਮੌਜੂਦ ਨੇ, ਕੰਮ ਕਰ ਰਹੇ ਨੇ। ਰਣਜੀਤ ਸਿੰਘ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਨਿਊਜ਼ 18 'ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਜੀ। ਰਣਜੀਤ ਸਿੰਘ ਜੀ, ਕਿਸ ਤਰ੍ਹਾਂ ਆਈਡੀਆ ਆਇਆ, ਕਦੋਂ ਤੁਸੀਂ ਦੁਬਈ ਸੀਗੇ, ਕੀ ਕਰਦੇ ਸੀ ਉੱਥੇ, ਤੋਂ ਕਿਸ ਤਰ੍ਹਾਂ ਕੰਮ ਦੀ ਸ਼ੁਰੂਆਤ ਹੋਈ ਹੈ ਜੀ? ਦੁਬਈ 'ਚ ਐਕਚੁਅਲ ਸਟਾਰਟਿੰਗ ਦੁਬਈ ਦੇ ਵਿੱਚ ਇੱਕ ਅਸਿਸਟੈਂਟ ਅਕਾਊਂਟੈਂਟ ਕੀਤੀ, ਜੋ ਲਾਸਟ ਜੋਬ ਸੀਗੀ ਮੇਰੀ ਓਪਰੇਸ਼ਨ ਮੈਨੇਜਰ ਦੀ ਸੀਗੀ। ਉਸ ਤੋਂ ਬਾਅਦ ਫਿਰ ਮੈਂ ਵਾਪਸ ਇੰਡੀਆ ਆ ਕੇ ਆਪਣਾ ਕੋਈ ਕੰਮ ਕਾਰ ਕਰਨ ਦੀ ਸੋਚਿਆ, ਅਤੇ ਫਿਰ ਇੱਥੇ ਆ ਕੇ ਸਾਰੀ ਸਟੱਡੀ ਕੀਤੀ ਕੀ ਕੁਛ ਕੀਤਾ ਜਾਵੇ, ਅਤੇ ਵਾਈਟ ਕਾਲਰ ਤਾਂ ਬਹੁਤ ਸੀਗਾ ਜੀ, ਰੈਸਟੋਰੈਂਟ ਖੋਲ੍ਹ ਲਓ, ਕੱਪੜੇ ਦਾ ਕੰਮ ਖੋਲ੍ਹ ਲਓ, ਸਭ ਕੁਛ ਸਾਰੇ ਫਲੋਪ ਬਿਜ਼ਨਸ ਨੇ, ਜਿੰਨੇ ਵੀ ਤੁਸੀਂ ਕਰੋ ਟ੍ਰੈਂਡਿੰਗ ਬਿਜ਼ਨਸ ਸਾਰੇ ਫਲੋਪ ਨੇ, ਅਤੇ ਥੋੜ੍ਹਾ ਅਲੱਗ ਸੀਗਾ। ਅਤੇ ਫਿਰ ਮੈਂ ਉੱਥੇ ਥੋੜ੍ਹਾ ਜਿਹਾ ਫੋਕਸ ਕੀਤਾ ਅਤੇ ਇਹਦੇ ਬਾਰੇ ਥੋੜ੍ਹੀ ਸਟੱਡੀ ਕੀਤੀ, ਅਤੇ ਮੈਨੂੰ ਬਿਜ਼ਨਸ ਥੋੜ੍ਹਾ ਵਧੀਆ ਲੱਗਿਆ, ਨਾਲੇ ਲੁਕਿਆ ਹੋਇਆ ਕੰਮ ਹੈ, ਨਾ ਲੋਕ ਜ਼ਿਆਦਾ ਇਹ 'ਚ ਹੈਗੇ ਇਨਵੋਲਵ ਹੈ, ਨਾ ਕੁਛ ਹੈ, ਅਤੇ ਫਿਰ ਮੈਂ ਇਹਨੂੰ ਚੂਜ਼ ਕੀਤਾ। ਰਣਜੀਤ ਸਿੰਘ ਜੀ, ਇਹ ਟਾਇਰਾਂ ਦਾ ਤੁਸੀਂ ਜਿਹੜੇ ਖਰੀਦਦੇ ਹੋ ਇਹ ਕਿੱਥੋਂ ਲੈ ਕੇ ਆਉਂਦੇ ਹੋ ਅਤੇ ਉਸ ਤੋਂ ਬਾਅਦ ਇਹਦਾ ਇੱਥੇ ਲਿਆ ਕੇ ਕੀ ਕਰਦੇ ਹੋ? ਇਹ ਦੇਖੋ, ਟਾਇਰ ਸਾਨੂੰ ਮਿਲ ਜਾਂਦੇ ਹੈਗੇ, ਜਿੱਦਾਂ ਟਾਇਰ ਪੈਂਚਰ ਵਾਲੀਆਂ ਦੁਕਾਨਾਂ ਉਹਨਾਂ ਤੋਂ ਮਿਲ ਜਾਂਦੇ ਆ, ਵੱਡੇ ਵੱਡੇ ਸ਼ੋਰੂਮ ਆ ਜੋ ਮਿਲ ਜਾਂਦੇ ਟਾਇਰਾਂ ਦੇ ਹੈਗੇ ਆ, ਅਤੇ ਵੱਡੇ ਵੱਡੇ ਟਰਾਂਸਪੋਰਟਰ ਹੈਗੇ ਆ ਜਾਂ ਕ੍ਰੈਸ਼ਰ ਇੰਡਸਟਰੀ ਹੈ ਜੋ ਕੋਈ ਫੈਕਟਰੀ ਹੈ ਉਹਨਾਂ ਤੋਂ ਸਾਨੂੰ ਮਿਲ ਜਾਂਦਾ, ਈਜ਼ੀਲੀ ਮਿਲ ਜਾਂਦਾ ਹੈਗਾ। ਹੁਣ ਕਰਦੇ ਕੀ ਹੋਏਗਾ ਟਾਇਰ ਦਾ? ਦੇਖੋ, ਟਾਇਰ ਨੂੰ ਲਿਆ ਕੇ ਜਿਸ ਤਰ੍ਹਾਂ ਲੋਹੇ ਦੀ ਅਲੱਗ ਅਲੱਗ ਕੁਆਲਿਟੀ ਹੈਗੀ ਆ, ਉਸੇ ਤਰ੍ਹਾਂ ਟਾਇਰ ਦੀ ਅਲੱਗ ਅਲੱਗ ਕੁਆਲਿਟੀ ਹੈ, ਇਹਦੀ ਕੁਆਲਿਟੀ ਵਾਈਜ਼ ਇਹਨੂੰ ਛਾਂਟ ਕੇ ਉਹਦੀ ਪ੍ਰੋਪਰ ਜਿੱਦਾਂ ਫੈਕਟਰੀ ਦੀ ਰਿਕੁਆਇਰਮੈਂਟ ਹੈ ਉਸੇ ਤਰ੍ਹਾਂ ਕੱਟ ਵੱਢ ਕੇ ਉਹਨਾਂ ਨੂੰ ਸਪਲਾਈ ਦੇ ਦਈਦੀ ਅਸੀਂ ਰੋ ਮਟੀਰੀਅਲ ਦੀ, ਅਤੇ ਅੱਗੇ ਫਿਰ ਐਂਡ ਪ੍ਰੋਡਕਟ 'ਤੇ ਉਹੀ ਬਣਾਉਂਦੇ ਆ। ਕੀ ਕਿਸ ਕਿਸ ਕੰਮ ਲਈ ਯੂਜ਼ ਹੁੰਦਾ, ਜਿੱਦਾਂ ਤੁਸੀਂ ਦੱਸਿਆ ਕਿ ਜੁੱਤੀਆਂ 'ਚ ਵੀ ਲੱਗਦਾ ਆ, ਹੋਰ ਕਿਹੜੇ ਕਿਹੜੇ ਕੰਮਾਂ 'ਚ ਯੂਜ਼? ਦੇਖੋ, ਟਾਇਰ ਦਾ ਇੱਦਾਂ ਜੀ, ਇੱਕ ਤਾਂ ਚੋਂ ਕ੍ਰਮ ਰਬੜ ਨਿਕਲਦੀ ਆ ਜਾਂ ਆਪਣੀ ਜਿਹਨੂੰ ਕਹਿੰਦੇ ਅਸੀਂ ਰਿਕਲੇਮ ਰਬੜ ਆ ਜਾਂਦੀ ਆ, ਫਿਰ ਇਹ 'ਚੋਂ ਫਰਨਸ ਵਾਲ ਵੀ ਨਿਕਲ ਜਾਂਦਾ, ਕਾਰਬਨ ਵੀ ਨਿਕਲ ਜਾਂਦੀ ਹੈ, ਤਾਰ ਵੀ ਨਿਕਲ ਜਾਂਦੀ ਲੋਹੇ ਦੀ, ਫਿਰ ਇਸ ਤੋਂ ਇਲਾਵਾ ਜਿਹੜਾ ਅਸੀਂ ਆਪਣਾ ਆਪ ਜਿਹੜੀ ਚੀਜ਼ ਤਿਆਰ ਕਰਦੇ ਹਾਂ, ਜੁੱਤੀਆਂ ਥੱਲੇ ਲੱਗਣ ਵਾਲੇ ਸੋਲ ਹੋ ਗਏ ਆ, ਗੈਟਸ ਹੋ ਗਏ ਟਾਇਰਾਂ 'ਚ ਪੈਣ ਵਾਲੇ ਆ, ਇੰਜਣਾਂ ਲੱਗਣ ਵਾਲੇ ਪੱਟੇ ਤਿਆਰ ਕਰ ਲਈ ਦੀ ਆ, ਇਹਦੇ ਛੋਟੀ ਛੋਟੀਆਂ ਬਹੁਤ ਸਾਰੀਆਂ ਆਈਟਮਾਂ ਆਪ ਵੀ ਤਿਆਰ ਕਰਦੇ ਹਾਂ, ਅਤੇ ਬਾਕੀ ਜਿਹੜਾ ਬਚਿਆ ਖੁਚਿਆ ਮਾਲਾ ਸਾਰਾ ਫੈਕਟਰੀ ਸੁੱਟ ਦੀਦਾ। ਰਣਜੀਤ ਸਿੰਘ ਜੀ, ਪਰਿਵਾਰ 'ਚ ਕੌਣ ਕੌਣ ਆ ਔਰ ਕਿਸ ਤਰ੍ਹਾਂ ਤੁਹਾਨੂੰ ਪਰਿਵਾਰ ਦੇ ਸਪੋਰਟ ਕਰਦੇ ਇਸ ਕੰਮ 'ਚ? ਪਰਿਵਾਰ 'ਚ ਫਾਦਰ ਸਾਹਿਬ ਹੈ, ਮਦਰ ਹੈ, ਵਾਈਫ ਹੈ, 2 ਬੇਟੇ ਆ, ਸਿਸਟਰ ਹੈ, ਉਹ ਮੈਰਿਡ ਆਲਰੇਡੀ, ਬਟ ਫੈਮਿਲੀ 'ਚ ਸਾਰਿਆਂ ਦਾ ਫੁੱਲ ਸਪੋਰਟ ਹੈ। ਸਟਾਰਟਿੰਗ ਵਿੱਚ ਇਹ ਹੁੰਦਾ ਕਿ ਜਦੋਂ ਬਾਹਰੋਂ ਆ ਕੇ ਇੱਥੇ ਕੰਮ ਕਰਨਾ ਤਾਂ ਸਾਰਿਆਂ ਨੇ ਡੀਮੋਟੀਵੇਟ ਤਾਂ ਬਹੁਤ ਸਾਰਿਆਂ ਨੇ ਕੀਤਾ ਹੈਗਾ, ਅਤੇ ਬਟ ਮੈਂ ਇਸ ਚੀਜ਼ ਨੂੰ ਇਗਨੋਰ ਹੀ ਕਰਦਾ ਰਿਹਾ, ਅਤੇ ਹੁਣ ਰਾਈਟ ਨਾਓ ਮੈਂ ਬਹੁਤ ਵਧੀਆ ਸੈਟਲਡ ਹੈਗਾ ਇੱਥੇ, ਮੈਨੂੰ ਕੁਛ ਵਿਦੇਸ਼ ਜਾਣ ਜਾਂ ਅਮੈਰੀਕਾ, ਕੈਨੇਡਾ ਜਾਂ ਕੁਛ ਹੋਰ ਕਿਸੇ ਥਾਂ ਦੇਖਣ ਦੀ ਸੋਚਣ ਦੀ ਲੋੜ ਨਹੀਂ ਹੈਗੀ। ਰਣਜੀਤ ਸਿੰਘ ਜੀ, ਅਕਸਰ ਦੇਖਿਆ ਕਿ ਜਿਹੜੇ ਵੀ ਨੌਜਵਾਨ ਬਾਹਰੋਂ ਆਉਂਦੇ ਆ ਉਹ, ਜਿੱਦਾਂ ਤੁਸੀਂ ਆਪ ਵੀ ਜ਼ਿਕਰ ਕੀਤਾ ਕਿ ਵਾਈਟ ਕਾਲਰ ਜਿਹੜਾ ਕੰਮ ਸ਼ੁਰੂ ਕਰਦੇ ਆ, ਹੈ ਨਾ, ਜਿੱਦਾਂ ਕਿ ਆਪਾਂ ਕਹਿ ਸਕਦੇ ਕਿ ਰੈਸਟੋਰੈਂਟ ਹੋ ਗਏ ਜਾਂ ਹੋਰ ਸ਼ੋਰੂਮ ਖੋਲ੍ਹੇ ਇਸ ਤਰ੍ਹਾਂ ਦੇ, ਪਰ ਇਸ ਕੰਮ ਦੇ ਵਿੱਚ ਜਿੱਦਾਂ ਤੁਸੀਂ ਆਏ ਹੋ, ਹੈ ਨਾ, ਇਸ ਕੰਮ 'ਚ ਮਿਹਨਤ ਕਿੰਨੀ ਹੈ, ਇਸ ਬਾਰੇ ਜ਼ਿਆਦਾ ਜਾਣਕਾਰੀ ਦਿਓ। ਦੇਖੋ ਜੀ, ਮਿਹਨਤ ਕੋਈ ਵੀ ਕੰਮ ਕਰ ਲਈਏ ਅਸੀਂ ਮਿਹਨਤ ਕਰਨੀ ਪੈਣੀ ਹੈ। ਅਗਰ ਰੈਸਟੋਰੈਂਟ ਦਾ ਕੰਮ ਕਰਦੇ ਹਾਂ ਤਾਂ ਅਗਰ ਸ਼ੈਫ ਅਸੀਂ ਆਪ ਆ ਤਾਂ ਰੈਸਟੋਰੈਂਟ ਕਾਮਯਾਬ ਹੈਗਾ, ਸ਼ੈਫ ਆਪ ਨਹੀਂ ਹੈਗੇ ਤਾਂ ਰੈਸਟੋਰੈਂਟ ਫੇਲ੍ਹ। ਅਤੇ ਇਸੇ ਤਰ੍ਹਾਂ ਹੀ ਇਹੀ ਕੰਮ ਦਾ ਹੈਗਾ, ਜੇਕਰ ਮੈਂ
ਇੱਕ ਐਜ਼ ਏ ਸੁਪਰਵਾਈਜ਼ਰ, ਐਜ਼ ਏ ਫੋਰਮੈਨ, ਐਜ਼ ਏ ਵਰਕਰ ਸਾਰੇ ਕੰਮ ਆਪ ਕਰਾਂਗਾ, ਹਰ ਕੰਮ ਮੈਨੂੰ ਆਉਂਦਾ ਹੋਏਗਾ ਤਾਂ ਮੈਂ ਸਕਸੈਸਫੁਲ, ਅਗਰ ਨਾ ਦੇਖਾਂਗਾ ਤਾਂ ਫਿਰ ਮੈਂ ਅੱਜ ਵੀ ਫੇਲ ਹਾਂ ਅਤੇ ਕੱਲ੍ਹ ਵੀ ਫੇਲ ਹਾਂ। ਰਣਜੀਤ ਸਿੰਘ ਜੀ, ਇੱਕ ਹੋਰ ਗੱਲ ਬੜੀ ਚਰਚਾ 'ਚ ਕਿ ਇਲਾਕੇ 'ਚ ਬੜਾ ਰੌਲਾ ਹੈ ਕਿ ਮੁੰਡੇ ਦੀ ਕਮਾਈ ਬੜੀ ਹੈ, ਇਸ ਬਾਰੇ ਜਾਣਕਾਰੀ ਦਿਓ, ਕਿਉਂਕਿ ਦੱਸਿਆ ਜਾ ਰਿਹਾ ਕਿ ਤੁਹਾਡਾ ਕਮਾਈ ਵੀ ਇਸ ਵਿੱਚ ਤੁਸੀਂ ਚੰਗਾ ਮੁਨਾਫਾ ਕਮਾ ਰਹੇ ਹੋ ਕਾਰੋਬਾਰ। ਦੇਖੋ ਜੀ, ਮੁਨਾਫਾ ਤਾਂ ਇੱਦਾਂ ਜੀ, ਇਹਦਾ ਹੈਗਾ ਕਿ ਜੋ ਸਾਡਾ ਸੇਲ ਦਾ ਰੇਟ ਆ ਉਹਦੇ ਫਿਕਸ ਹੈਗਾ ਜੀ, ਜੋ ਫੈਕਟਰੀਆਂ ਦਾ ਰੇਟ ਸਾਡਾ ਸੇਲ ਦਾ ਫਿਕਸ ਕਰਤਾ। ਮੇਨ ਚੀਜ਼ ਹੈਗੀ ਪਰਚੇਸ ਦੇ ਉੱਤੇ, ਅਤੇ 8-9 ਸਾਲ ਜੋਬ ਕੀਤੀ ਆ, 5 ਸਾਲ ਬਾਹਰ ਵੀ ਲਾਏ ਆ, ਅਤੇ ਇਹੀ ਚੀਜ਼ਾਂ ਟੈਕਲ ਕਰਨ ਦੇ ਉੱਤੇ ਜ਼ਿਆਦਾ ਫੋਕਸ ਕਰਦੇ ਹਾਂ ਕਿ ਕਿਸੇ ਤਰੀਕੇ ਨਾਲ ਹੀ ਚੀਪੈਸਟ ਪਰਚੇਜ਼ ਕਰ ਲਈਏ, ਅਤੇ ਫਿਰ ਉਹਨੂੰ ਪ੍ਰੋਡਕਟ ਨੂੰ ਜ਼ਿਆਦਾ ਕਹਿ ਸਕਦੇ ਨਾ ਕਿ ਕਿੰਨੇ ਤਰ੍ਹਾਂ ਦਾ ਪ੍ਰੋਡਕਟ ਮੈਂ ਬਣਾ ਸਕਦਾ ਇੱਕ ਚੀਜ਼ ਦੇ ਉੱਤੋਂ, ਉਨੇ ਤਰ੍ਹਾਂ ਦਾ ਪ੍ਰੋਡਕਟ ਬਣਾ ਕੇ ਵੇਚਣ ਦੀ ਕੋਸ਼ਿਸ਼ ਕਰਦਾ। ਵਰਕ ਹਾਰਡ ਤਾਂ ਹੈਗਾ, ਮੈਂ ਥੋੜ੍ਹਾ ਵਰਕ ਸਮਾਰਟ ਕੀਤਾ ਇਹਦੇ ਨਾਲ, ਤਾਂ ਕਰਕੇ ਥੋੜ੍ਹੀ ਜਿਹੀ ਅਰਨਿੰਗ ਬਾਕੀਆਂ ਨਾਲ ਥੋੜ੍ਹੀ ਜ਼ਿਆਦਾ ਕਰ ਲਈ ਦੀ ਹੈ। ਮੈਨੂੰ ਦੱਸੋ ਕਿ ਇਸ ਕਾਰੋਬਾਰ ਦੇ ਵਿੱਚ ਕਿੰਨੇ ਕੁ ਤੁਹਾਡੇ ਨਾਲ ਵਰਕਰ ਕੰਮ ਕਰਦੇ, ਕਿੰਨੇ ਲੋਕ ਜੁੜੇ ਹੋਏ? ਦੇਖੋ ਜੀ, ਵਰਕਰ ਦੀ ਗੱਲ ਕਰੋ, ਰਾਈਟ ਨਾਓ ਮੇਰੇ ਨਾਲ ਇਸ ਟਾਈਮ 8-10 ਬੰਦੇ ਤਾਂ ਮੈਂ ਪਰਮਾਨੈਂਟ ਜੋਬ 'ਤੇ ਰੱਖੇ ਆ, 6-7 ਬੰਦੇ ਮੇਰੇ ਨਾਲ ਠੇਕੇ 'ਤੇ ਕੰਮ ਕਰਦੇ ਆ, ਅਤੇ ਬਾਕੀ ਫੇਰੀ ਵਾਲੇ ਮਿਲਾ ਮਿਲੂ ਕੇ ਕੋਈ 30-35 ਜਣੇ ਤੁਸੀਂ ਹੈਗੇ ਆ ਜੀ। ਰਣਜੀਤ ਸਿੰਘ ਜੀ, ਮੇਰਾ ਆਖਰੀ ਸਵਾਲ ਇਹ ਹੈ ਕਿ ਨੌਜਵਾਨ ਵਿਦੇਸ਼ ਜਾਂਦੇ ਨੇ, ਉੱਥੇ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ, ਕਿਉਂਕਿ ਉਹਨਾਂ ਦਾ ਇਹੀ ਕਹਿਣਾ ਹੁੰਦਾ ਜ਼ਿਆਦਾਤਰ ਨੌਜਵਾਨ ਦਾ ਕਿ ਇੱਥੇ ਕੰਮ ਹੈ ਨਹੀਂ, ਕੋਈ ਕੰਮ ਖੋਲ੍ਹ ਲਈਏ ਚੱਲਦਾ ਨਹੀਂ, ਉਹਨਾਂ ਨੌਜਵਾਨਾਂ ਨੂੰ ਕੀ ਸੰਦੇਸ਼ ਦਿਓਗੇ ਜਿਹੜੇ ਵਿਦੇਸ਼ ਜਾ ਰਹੇ ਨੇ ਪੰਜਾਬ ਛੱਡ ਕੇ? ਦੇਖੋ, ਤੁਹਾਡੀਆਂ ਦੋ ਗੱਲਾਂ ਤੁਸੀਂ ਮੈਨੂੰ ਪੁੱਛੀਆਂ, ਪਹਿਲੀ ਗੱਲ ਕਿ ਕੰਮ ਹੈ ਨਹੀਂ, ਉਹ ਝੂਠ ਹੈ ਜੀ, ਪੰਜਾਬ 'ਚ ਕੰਮ ਇੰਨਾ ਕਿ ਬੰਦਾ ਕਰਨ ਵਾਲਾ ਹੋਣਾ ਚਾਹੀਦਾ। ਦੂਸਰੀ ਗੱਲ, ਜਿਹੜਾ ਬੰਦਾ ਕਹਿੰਦਾ ਕਿ ਕੰਮ ਖੋਲ੍ਹੀਏ ਤਾਂ ਕੰਮ ਚੱਲਦਾ ਨਹੀਂ, ਤੁਸੀਂ ਇਹ ਕਹਿਣਾ ਮੈਨੂੰ, ਕੰਮ ਖੋਲ੍ਹ ਕੀ ਰਹੇ ਹਾਂ ਅਸੀਂ? ਉਸ ਚੀਜ਼ ਦਾ ਮੇਨ ਗੱਲ ਹੈ ਨਾ, ਅਗਰ ਅਸੀਂ ਰੈਸਟੋਰੈਂਟ ਖੋਲ੍ਹ ਰਹੇ ਹਾਂ, ਸਾਨੂੰ ਆਪ ਨੂੰ ਤਾਂ ਕੰਮ ਆਉਂਦਾ ਨਹੀਂ। ਕੋਈ ਵੀ ਬਿਜ਼ਨਸ ਹੈ ਉਹਨੂੰ 3 ਸਾਲ ਤੱਕ ਉਹਨੂੰ ਟਾਈਮ ਦੇਣਾ ਪੈਂਦਾ, ਸਾਨੂੰ 3 ਈਅਰ ਮਿਨੀਮਮ ਉਸ ਕੰਮ ਨੂੰ ਦੇਣੇ ਪੈਂਦੇ ਆ, ਅਤੇ ਰੈਸਟੋਰੈਂਟ ਦੇ ਵਿੱਚ ਅਸੀਂ 5-7 ਵਿੱਚ ਸ਼ੈਫ ਰੱਖ ਲੈਂਦੇ ਹਾਂ, ਇਹ ਰੱਖ ਲਿਆ, ਉਹ ਰੱਖ ਲਿਆ, ਅਤੇ 1 ਲੱਖ ਰੁਪਇਆ ਸਾਡਾ ਮਹੀਨੇ ਦਾ ਖਰਚਾ ਹੀ ਖਰਚਾ, ਅਤੇ ਸਾਡੀ ਅਰਨਿੰਗ 10,000 ਰੁਪਇਆ, ਨਹੀਂ ਤਾਂ ਬਿਜ਼ਨਸ 3 ਮਹੀਨੇ 'ਚ ਫੇਲ ਹੋ ਜਾਣਾ। ਥੱਲਿਓਂ ਸਟਾਰਟ ਕਰਕੇ ਉੱਪਰ ਨੂੰ ਜਾਣਾ ਪੈਂਦਾ, ਨਾ ਕਿ ਉੱਪਰੋਂ ਸਟਾਰਟ ਕਰਕੇ ਥੱਲੇ ਨੂੰ ਆਉਣਾ। ਇਸ ਕਰਕੇ ਸਟੈਪ ਬਾਏ ਸਟੈਪ ਕੰਮ ਕਰੋ, ਅਤੇ ਪੰਜਾਬ 'ਚ ਤਾਂ ਕੰਮ ਇੰਨਾ ਕਿ ਬੰਦਾ ਕਰਨ ਵਾਲਾ ਹੋਣਾ ਚਾਹੀਦਾ, ਬਾਕੀ ਉੱਤੋਂ ਨੋਟ ਡਿੱਗਦੇ ਆ, ਇਕੱਠੇ ਕਰ ਲਓ ਜੀ। ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇਹ ਸਨ ਪਿੰਡ ਬਿਸ਼ਨਪੁਰਾ ਦੇ ਰਣਜੀਤ ਸਿੰਘ, ਜਿਨ੍ਹਾਂ ਨੇ ਪੰਜਾਬ ਪਰਤ ਕੇ ਆਪਣਾ ਪੁਰਾਣੇ ਟਾਇਰਾਂ ਦਾ ਕਾਰੋਬਾਰ ਖੋਲ੍ਹਿਆ, ਔਰ ਇਸੇ ਟਾਇਰਾਂ ਦੇ ਕਾਰੋਬਾਰ ਨਾਲ ਉਹਨਾਂ ਨਾਲ ਜੇ ਆਪਾਂ ਗੱਲ ਕਰੀਏ, ਵਰਕਰ ਵੀ ਉਹਨਾਂ ਨੇ, ਮੁਲਾਜ਼ਮ ਵੀ ਕਾਫੀ ਰੱਖੇ ਹੋਏ ਨੇ ਜਿਹੜੇ ਤਨਖਾਹ 'ਤੇ ਕੰਮ ਕਰਦੇ ਨੇ, ਔਰ ਖੁਦ ਵੀ ਚਰਚਾ ਹੈ ਕਿ ਕਰੋੜਾਂ ਦਾ ਟਰਨਓਵਰ ਰਣਜੀਤ ਸਿੰਘ ਦਾ ਜਿਹੜਾ ਹੈਗਾ ਕਮਾਈ ਜਿਹੜੀ ਆ ਉਹਨਾਂ ਨੂੰ ਇਸ ਕੰਮ ਤੋਂ ਹੋ ਰਹੀ ਆ। ਉੱਥੇ ਹੀ ਉਹ ਦੂਜੇ ਪਾਸੇ ਉਹਨਾਂ ਨੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਵੀ ਇੱਕ ਸੰਦੇਸ਼ ਦਿੱਤਾ ਕਿ ਤੁਸੀਂ ਪੰਜਾਬ 'ਚ ਰਹਿ ਕੇ ਜੇ ਮਿਹਨਤ ਕਰੋਗੇ ਤਾਂ ਪੰਜਾਬ ਦੇ ਵਿੱਚ ਵੀ ਤੁਸੀਂ ਅੱਛੇ ਪੈਸੇ ਕਮਾ ਸਕਦੇ ਹੋ, ਤਾਂ ਤੁਹਾਡਾ ਉਜਵਲ ਭਵਿੱਖ ਪੰਜਾਬ ਦੀ ਧਰਤੀ 'ਤੇ ਵੀ ਬਣ ਸਕਦਾ ਹੈ। ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ, ਨਿਊਜ਼ 18 ਪੰਜਾਬ।